प्यारे विद्यार्थियों स्वागत है ਤੁਹਾਡਾ ਮੇਰੇ YouTube ਚੈਨਲ ਸਹਿਤਿਕ ਜਾਣਕਾਰੀ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜਸਵੰਤ ਸਿੰਘ ਕਮਲਵਾਰੇ ਵਿਸਤਾਰ ਸਹਿਤ ਪੜ੍ਹਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਐਂਡ ਤੇ ਮੈਂ ਇਹਨਾਂ ਦੀਆਂ ਰਚਨਾਵਾਂ ਟ੍ਰਿਕਸ ਰਹੀਂ ਪੜ੍ਹਾਇਆ ਤਾਂ ਕਿ ਤੁਹਾਡੇ ਚੰਗੀ ਤਰ੍ਹਾਂ ਯਾਦ ਹੋ ਜਾਣ ਜਸਵੰਤ ਸਿੰਘ ਕਮਲ ਜਨਮ ਹੋਇਆ ਇਹਨਾਂ ਦਾ ਦੇਖੋ 27 ਜੂਨ 1919 ਨੂੰ ਟੁੱਡੀਕੇ ਮੋਗਾ ਜ਼ਿਲ੍ਹੇ ਦੇ ਵਿੱਚ ਇਹਨਾਂ ਦਾ ਪਿੰਡ ਹੈ ਟੁੱਡੀਕੇ ਤੇ ਮੌਤ ਹੋਈ ਹੈ ਨਾ ਇਹ ਦੇਖੋ 1 ਫਰਵਰੀ 2020 ਨੂੰ ਤੇ ਕਾਲ ਸਮਾਂ ਰਿਹਾ ਇਹਨਾਂ ਦੇ ਲਿਖਨ ਦਾ 1944 ਤੋਂ ਲੈ ਕੇ 2017 ਤੱਕ ਤੇ ਪਿਤਾ ਦਾ ਨਾਮ ਸੀਗਾ ਸਰਦਾਰ ਮਾਲਾ ਸਿੰਘ ਤੇ ਮਾਤਾ ਦਾ ਨਾਮ ਸਰਦਾਰਨੀ ਹਰਨਾਮ ਕੌਰ ਤੇ ਪਤਨੀਆਂ ਸੀਗੀਆਂ ਇਹਨਾਂ ਦੀਆਂ ਦੇਖੋ ਦੋ ਇੱਕ ਦਾ ਨਾਮ ਮੁਖਤਿਆਰ ਕੌਰ ਤੇ ਦੂਜੀ ਦਾ ਨਾਮ ਡਾਕਟਰ ਜਸਵੰਤ ਕੌਰ ਗਿੱਲ ਤੇ ਬੱਚੇ ਹੋਏ ਇਹਨਾਂ ਦੇ ਚਾਰ ਬੇਟੀਆਂ ਤੇ ਇੱਕ ਬੇਟਾ ਅਮਰਜੀਤ ਕੌਰ ਚਾ ਰਣਜੀਤ ਕੌਰ ਕਮਲਜੀਤ ਕੌਰ ਰੁਪਿੰਦਰਜੀਤ ਕੌਰ ਤੇ ਸਰਬਜੀਤ ਸਿੰਘ ਇਹਨਾਂ ਦੇ ਬੇਟੇ ਦਾ ਨਾਮ ਸੀਗਾ ਸਨਮਾਨ ਮੀਲੇ ਦੇਖੋ ਜਿਹੜੇ ਜਿਹੜੇ ਇਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ 1998 ਦੇ ਵਿੱਚ ਤੁਸ਼ਾਲੀ ਦੇ ਹਾਂਸੋਂ ਨਾਵਲ ਤੇ ਮਿਲਿਆ ਸੀ ਇਹ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਅਵਾਰਡ ਮਿਲਿਆ 1990 ਦੇ ਵਿੱਚ ਤੇ ਪੰਜਾਬੀ ਸਾਹਿਤ ਸ਼੍ਰੋਮਣੀ 2007 ਦੇ ਵਿੱਚ ਮਿਲਿਆ ਡਿਗਰੀ ਆਫ ਡਾਕਟਰ ਆਫ ਲਿਟਰੇਚਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ 2008 ਦੇ ਵਿੱਚ ਟੈਗੋਰ ਲਿਟਰੇਚਰ ਅਵਾਰਡ ਮਿਲਿਆ ਇਹਨਾਂ ਨੂੰ 2009 ਚ ਤੇ ਕਰਤਾਰ ਸਿੰਘ ਧਾਲੀਵਾਲ ਅਵਾਰਡ ਮਿਲਿਆ 1986 ਦੇ ਵਿੱਚ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ ਦੇਖੋ ਪੰਜਾਬ ਕਲਾ ਪ੍ਰੇਸ਼ਾਦ ਵੱਲੋਂ 2018 ਦੇ ਵਿੱਚ ਪਹਿਲਾ ਨਾਵਲ ਦੇਖੋ ਇਹਨਾਂ ਦਾ ਹੈਗਾ ਸੀ ਸੱਚ ਨੂੰ ਫੰਸੀ 1944 ਚ ਪਾਟਕਾਂ ਦੇ ਹੱਥਾਂ ਦੇ ਵਿੱਚ ਆਇਆ ਤੇ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਨੂੰ ਲਿਖਣ ਦੀ ਝੇਟਕ ਮਲਾਇਆ ਦੇ ਜੰਗਲਾਂ ਵਿੱਚ ਘੁੰਮਦਿਆਂ ਲੱਗੀ ਉਹ ਆਪਣੀ ਲਿਖਣ ਕਲਾ ਨੂੰ ਮਲਾਇਆ ਦੀ ਸੌਗਾਤ ਆਖਦੇ ਹਨ ਤੇ ਉਹਨਾਂ ਦਾ ਸਾਹਿਤਿਕ ਸਫ਼ਰ ਮਲਾਇਆ ਤੋਂ ਸ਼ੁਰੂ ਹੋਇਆ ਤੇ ਪੰਜਾਬ ਵਿੱਚ ਪ੍ਰਵਾਨ ਚੜਿਆ ਸਭ ਤੋਂ ਪਹਿਲਾਂ ਉਹਨਾਂ ਨੇ ਕਿਸੇ ਗੈਰ ਪੰਜਾਬੀ ਲੇਖਕ ਤੋਂ ਪ੍ਰਭਾਵਿਤ ਹੋ ਕੇ 1941-42 ਵਿੱਚ ਵਾਰਤਕ ਦੀ ਪਹਿਲੀ ਪੁਸਤਕ ਜੀਵਨ ਕਣੀਆਂ ਲਿਖੀ ਤੇ ਜਿਸ ਨੇ ਉਹਨਾਂ ਦੀ ਸਾਹਿਤ ਦੇ ਖੇਤਰ ਵਿੱਚ ਚਰਚਾ ਛੇੜ ਦਿੱਤੀ ਤੇ ਹੁਣ ਅੱਗੇ ਆਪਾਂ ਇਹਨਾਂ ਦੀਆਂ ਰਚਨਾਵਾਂ ਬਾਰੇ ਪੜ੍ਹਾਂਗੇ ਦੇਖੋ ਕਵਿਤਾ ਲਿਖੀਆਂ ਜਿਹੜੀਆਂ ਜਿਹੜੀਆਂ ਇਹਨਾਂ ਨੇ ਜੀਵਨ ਕਣੀਆਂ ਖਿਆਲ ਤੇ ਕਾਵ 12 ਮਈ 1944 ਨੂੰ ਪ੍ਰਕਾਸ਼ਿਤ ਹੋਈ ਤੇ ਭਾਵਨਾ ਇਹਨਾਂ ਦੀ ਹੋਈ 1961 ਨੂੰ ਪ੍ਰਕਾਸ਼ਿਤ ਸਾਧਨਾ 2002 ਵਿੱਚ ਤੇ ਆਰਾਧਨਾ 2003 ਈਸਵੀ ਦੇ ਵਿੱਚ ਇਸ ਤੋਂ ਬਾਅਦ ਇਹਨਾਂ ਨੇ ਦੇਖੋ ਲਿਖੇ ਰੇਖਾ ਚਿੱਤਰ ਗੋਰਾ ਮੁਖ ਸੱਜਣਾ ਦਾ 1976 ਦੇ ਵਿੱਚ ਜੋਹੋ ਦਾ ਮੋਤੀ 1980 ਚ ਮਰਨ ਮਿੱਤਰਾਂ ਦੇ ਅੱਗੇ 1980 ਚ ਚਿਹਰੇ ਮੋਹਰੇ 2014 ਚ ਤੇ ਸੰਖੇਪ ਜੀਵਨੀ ਲਾਲਾ ਲਾਜਪਤਰਾਏ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਵੀ ਲਾਲਾ ਲਾਜਪਤਰਾਏ ਦਾ ਪਿੰਡ ਹੈ ਜਿਹੜਾ ਉਹ ਵੀ ਟੁੱਡੀ ਕੇ ਹੈ ਤੇ ਉਹੀ ਪਿੰਡ ਜਸਵੰਤ ਸਿੰਘ ਕਮਲਜੀ ਦਾ ਨਾਵਲ ਦੇਖੋ ਇਹਨਾਂ ਨੇ ਬਹੁਤ ਜ਼ਿਆਦਾ ਹੋਣ ਕਰਕੇ ਮੈਂ ਟ੍ਰਿਕ ਬਣਾਈ ਹੈ ਇਹਦੀ ਪਹਿਲਾਂ ਟ੍ਰਿਕ ਨੂੰ ਦੇਖੋ ਧਿਆਨ ਨਾਲ ਤੇ ਉਸ ਤੋਂ ਬਾਅਦ ਸਾਰੇ ਨਾਵਲ ਯਾਦ ਕਰਾਂਗੇ ਪਾਲੀ ਰੂਪਮਤੀ ਸੁੰਦਰਾ ਤੇ ਇੱਕ ਹੋਰ ਹੈਲਨ ਨੇ ਜੇਰਾ ਕਰਕੇ ਮਿੱਤਰ ਪਿਆਰੇ ਨੂੰ ਕਿਹਾ ਕਿ ਸੁਰ ਸਾਂਝ ਦੀ ਉਹ ਜ਼ਿੰਦਗੀ ਦੂਰ ਨਹੀਂ ਜਦੋਂ ਪੂਰਨਮਾਸੀ ਦੀ ਰਾਤ ਨੂੰ ਐਨਾਂ ਚੋ ਕੋਈ ਸੂਰਮਾ ਉੱਠੇਗਾ ਤੇ ਚਿੱਕਰ ਦੇ ਕੰਵਲ ਨੂੰ ਮੁਕਤੀ ਮਾਰਗ ਮਿਲੇਗਾ ਤਾਂ ਹੁਣ ਦੇਖੋ ਇਹਦੇ ਨਾਲ ਸੰਬੰਧਿਤ ਜਿਹੜੇ ਨਾਵਲ ਹੈ ਜਿਵੇਂ ਪਾਲੀ ਰੂਪਮਤੀ ਸੁੰਦਰਾ ਤੇ ਇੱਕ ਹੋਰ ਹੈ ਹਲਨ ਨਾਲ ਨਾਲ ਹੀ ਲਿਖੇ ਹੋਇਆ ਪਾਲੀ 1940 ਦੇ ਵਿੱਚ ਪ੍ਰਕਾਸ਼ਿਤ ਹੋਇਆ ਰੂਪਮਤੀ 1996 ਚ ਸੁੰਦਰਾ 2005 ਚ ਤੇ ਇੱਕ ਹੋਰ ਹੈਲਨ 2001 ਦੇ ਵਿੱਚ ਜੇਰਾ 1968 ਚ ਮਿੱਤਰ ਪਿਆਰੇ ਨੂੰ 1966 ਚ ਸੁਰ ਸਾਂਝ ਇਹਨਾਂ ਦਾ ਹੋਇਆ ਦੇਖੋ 1984 ਦੇ ਵਿੱਚ ਤੇ ਜ਼ਿੰਦਗੀ ਦੂਰ ਨਹੀਂ 1953 ਚ ਤੇ ਪੂਰਨਮਾਸ਼ੀ 1949 ਚ ਐਨਿਆਂ ਚੋਂ ਉੱਠੇ ਸੂਰਮਾ 1985 ਚ ਚਿੱਕੜ ਦੇ ਕਮਲ 1996 ਚ ਤੇ ਮੁਕਤੀmarg 1997 ਚ ਇੱਥੇ ਤੱਕ ਦੇਖੋ ਪਹਿਲੀ ਟ੍ਰਿਕ ਨਾਲ ਸੰਬੰਧਿਤ ਸਾਰੇ ਨਾਵਲ ਹੈ ਤੇ ਹੁਣ ਆਪਾਂ ਦੂਜੀ ਟ੍ਰਿਕ ਦੇ ਨਾਵਲ ਪੜਾਂਗੇ ਨਾਲ-ਨਾਲ ਦੇਖੋ ਰੂਪਤਾਰਾ ਦੇ ਹਾਨੀ ਭਵਾਨੀ ਨੂੰ ਖੂਬ ਸੂਰਤ ਅਹਿਸਾਸ ਹੋਇਆ ਕਿ ਤਾਰੀਖ ਵੇਖਦੀ ਹੈ ਜਦੋਂ ਮਨੁੱਖਤਾ ਦੇ ਮੋੜੇ ਨੇ ਸਿਵਲ ਲਾਈਨਸ ਤੇ ਆ ਕੇ ਬਰਫ਼ ਦੀ ਅੱਗ ਤੇ ਲਹੂ ਦੀ ਲੋ ਰਾਂਹੀ ਸੱਚ ਨੂੰ ਫਾਂਸੀ ਦਿੱਤੀ ਤਾਂ ਜਾ ਕੇ ਪਰੀ ਨੇ ਚੰਨ ਉਜਾੜ ਵਿੱਚੋਂ ਲੱਭਾ ਤੇ ਤੁਸ਼ਾਲੀ ਦੀ ਹੰਸੋ ਵਿੱਚ ਪਹੁੰਚਦਿਆਂ ਕਿਹਾ ਕਿ ਅਜੇ ਰਾਤ ਬਾਕੀ ਹੈ ਤੇ ਦੇਖੋ ਇਹਦੇ ਵਿੱਚੋਂ ਆਪਾਂ ਜਿਹੜੇ ਜਿਹੜੇ ਨਾਮ ਯਾਦ ਕਰਨੇ ਆ ਰੂਪਤਾਰਾ ਦੇਖੋ ਸਭ ਤੋਂ ਪਹਿਲਾਂ ਇਹਦੇ ਚੋਂ ਨਾਵਲ 1959 ਦੇ ਵਿੱਚ ਹਾਣੀ 1961 ਚ ਭਵਾਨੀ 1963 ਚ ਤੇ ਖੂਬਸੂਰਤ ਤੋਂ ਆਪਾਂ ਯਾਦ ਕਰਾਂਗੇ ਖੂਬਸੂਰਤ ਦੁਸ਼ਮਨ 1992 ਚ ਅਹਿਸਾਸ 1990 ਚ ਤਾਰੀਖ ਵੇਖਦੀ ਹੈ 1973 ਚ ਤੇ ਜਦੋਂ ਮਨੁੱਖਤਾ ਦੇ ਮੋੜੇ ਤਾਂ ਮਨੁੱਖਤਾ 1979 ਚ ਮੋੜਾ 1980 ਚ ਸਿਵਲ ਲਾਈਨਸ 1956 ਚ ਬਰਫ਼ ਦੀ ਅੱਗ 1970 ਚ ਲਹੂ ਦੀ ਲੋ 1975 ਚ ਸੱਚ ਨੂੰ ਫਾਂਸੀ ਪਹਿਲਾ ਨਾਵਲ ਹੈ ਇਹਨਾਂ ਦਾ 1944 ਦੇ ਵਿੱਚ ਲੱਦਾ ਪਰੀ ਨੇ ਚੰਨ ਉਜਾੜ ਵਿੱਚੋਂ 2006 ਚ ਇੱਥੇ ਮੈਂ ਲਿਖਿਆ ਦੇਖੋ ਪਰੀ ਨੇ ਚੰਨ ਉਜਾੜ ਵਿੱਚੋਂ ਲੱਭਾ ਤੇ ਇਹਦੇ ਚ ਯਾਦ ਕਰਨਾ ਲੱਦਾ ਪਰੀ ਨੇ ਚੰਨ ਉਜਾੜ ਵਿੱਚੋਂ 2006 ਚ ਤੁਸ਼ਾਲੀ ਦੀ ਹਾਂਸੋ 1993 ਚ ਤੇ ਅਜੇ ਰਾਤ ਬਾਕੀ ਹੈ 1954 ਚ ਇਹ ਸਾਨੂੰ ਉਹਨਾਂ ਦੇ ਦੇਖੋ ਨਾਵਲ ਪਹਿਲਾਂ ਟ੍ਰਿਕ ਯਾਦ ਕਰੋ ਤੇ ਨਾਲ-ਨਾਲ ਨਾਵਲ ਤੇ ਨਾਵਲਾਂ ਦੇ ਸਾਂ ਯਾਦ ਕਰਨੇ ਆ ਹੁਣ ਅੱਗੇ ਦੇਖੋ ਕਹਾਣੀਆਂ ਦੀ ਟ੍ਰਿਕ ਜੰਡ ਦੇ ਕੰਡੇ ਫੁੱਲਾਂ ਦੇ ਮਾਲੀ ਨੇ ਰੂਹ ਦਾ ਹਾਨੀ ਬਣ ਕੇ ਰੂਪ ਦੇ ਰਾਖੇ ਦੇ ਸੰਧੂਰ ਲਾਉਂਦਿਆਂ ਹੌਕਾ ਲੈ ਕੇ ਕਿਹਾ ਕਿ ਕੌਣ ਮਾਈ ਦਾ ਲਾਲ ਗਵਾਚੀ ਪੱਗ ਦੀ ਲੰਮੇ ਵਾਲਾਂ ਦੀ ਸਾਂਝੀ ਪੀੜ ਸੁਨੇਗਾ ਤਾਂ ਦੇਖੋ ਇਹਦੇ ਵਿੱਚੋਂ ਜੰਡ ਤੋਂ ਆਪਾਂ ਕਰਾਂਗੇ ਜੰਡ ਪੰਜਾਬ ਦਾ 1995 ਚ ਕੰਡੇ ਆ ਗਿਆ ਅੱਗੇ 1950 ਚ ਫੁੱਲਾਂ ਦਾ ਮਾਲੀ 1962 ਚ ਪ੍ਰਕਾਸ਼ਿਤ ਹੋਇਆ ਰੂਹ ਦਾ ਹਾਨ 1966 ਚ ਰੂਪ ਦੇ ਰਾਖੇ 1960 ਚ ਸੰਧੂਰ 1957 ਚ ਹੌਕਾ ਤੋਂ ਦੇਖੋ ਹੌਕਾ ਤੇ ਮੁਸਕਾਨ 1983 ਚ ਮਾਈ ਦਾ ਲਾਲ 1972 ਚ ਗਵਾਚੀ ਪੱਗ 1985 ਚ ਲੰਮੇ ਵਾਲਾਂ ਦੀ ਪੀੜ ਤਾਂ ਹੁਣ ਦੇਖੋ ਇੱਥੇ ਮੈਂ ਲਿਖਿਆ ਲੰਮੇ ਵਾਲਾਂ ਦੀ ਸਾਂਝੀ ਪੀੜ ਪਰ ਇਹਦੇ ਵਿੱਚੋਂ ਇੱਕ ਆਪਾਂ ਯਾਦ ਕਰਾਂਗੇ ਪਹਿਲਾਂ ਲੰਮੇ ਵਾਲਾਂ ਦੀ ਪੀੜ ਤੇ ਦੂਜਾ ਸਾਂਝੀ ਪੀੜ ਠੀਕ ਹੈ ਲੰਮੇ ਵਾਲਾਂ ਦੀ ਪੀੜੂ 1995 ਚ ਤੇ ਸਾਂਝੀ ਪੀੜ 2003 ਦੇ ਵਿੱਚ ਅੱਗੇ ਲੇਖ ਲਿਖਿਆ ਉਹਨਾਂ ਦੀ ਟ੍ਰਿਕ ਪਹਿਲਾਂ ਟ੍ਰਿਕ ਯਾਦ ਕਰੋ ਤੇ ਉਸ ਤੋਂ ਬਾਅਦ ਸਾਰੇ ਲੇਖ ਨਾਲ ਨਾਲ ਕਮਲ ਸਿੱਖ ਜਦੋਂ ਜਹਦ ਦੇ ਜਿੱਤ ਨਾਵੇਂ ਵਿੱਚ ਸਾਡੇ ਦੋਸਤ ਸਾਡੇ ਦੁਸ਼ਮਣਾਂ ਨੂੰ ਹਾਲ ਮਰੀਦਾਂ ਦਾ ਕਹਿੰਦਾ ਰਿਹਾ ਕਿ ਕੌਮੀ ਲਲਕਾਰ ਕੌਮੀ ਵਸੀਅਤ ਵਿੱਚ ਪੰਜਾਬ ਦੀ ਵੰਗਾਰ ਹੱਕ ਸੱਚ ਭਗਤੀ ਤੇ ਸ਼ਕਤੀ ਦੇ ਸੱਚ ਵਿੱਚ ਆਪਣਾ ਕੌਮੀ ਘਰ ਪੰਜਾਬ ਰੂੜ ਚੱਲਿਆ ਤੇ ਹੁਣ ਕੀ ਬਣੂ ਸੱਚ ਕੀ ਵੇਲਾ ਹੀ ਦੱਸ ਸਕਦੀ ਹੈ ਕਿ ਪੰਜਾਬੀਓ ਜੀਣਾ ਹੈ ਕਿ ਮਰਨਾ ਕਮਲ ਤੋਂ ਪਹਿਲਾਂ ਕਮਲ ਕਹਿੰਦਾ ਰਿਹਾ 1998 ਚ ਸਿੱਖ ਜੱਦੋ ਜਹਿਦ 1985 ਚ ਤੇ ਨਾਲ ਹੀ ਜੱਦੋ ਜਹਿਦ ਜਾਰੀ ਰਹੀ ਜੱਦੋ ਜਹਿਦ ਤੋਂ ਯਾਦ ਕਰਾਂਗੇ ਜੱਦੋ ਜਹਿਦ ਜਾਰੀ ਰਹੀ 1987 ਚ ਜਿੱਤ ਨਾਮਾ 1986 ਚ ਫਿਰ ਸਾਡੇ ਦੋਸਤ ਸਾਡੇ ਦੁਸ਼ਮਣ 1996 ਚ ਹਾਲ ਮਰੀਦਾਂ ਦਾ ਵੀ 1996 ਚ ਫਿਰ ਅੱਗੇ ਆ ਕੌਮੀ ਲਲਕਾਰ ਕੌਮੀ ਵਸੀਅਤ ਕੌਮੀ ਲਲਕਾਰ 2008 ਚ ਤੇ ਕੌਮੀ ਵਸੀਅਤ 2003 ਚ ਪ੍ਰਕਾਸ਼ਿਤ ਹੋਇਆ ਅੱਗੇ ਹੈਗਾ ਪੰਜਾਬ ਦੀ ਵੰਗਾਰ ਹੱਕ ਸੱਚ ਤਿੰਨ ਲੇਖ ਆਪਾਂ ਇਹਨਾਂ ਦੋ ਤੋਂ ਯਾਦ ਕਰਨੇ ਆ ਪੰਜਾਬ ਦੀ ਵੰਗਾਰ 2013 ਚ ਪੰਜਾਬ ਦਾ ਸੱਚ 1999 ਚ ਪੰਜਾਬ ਦਾ ਹੱਕ ਸੱਚ 2014 ਚ ਅੱਗੇ ਹੈਗਾ ਭਗਤੀ ਤੇ ਸ਼ਕਤੀ ਦਾ ਸੱਚ 1999 ਚ ਵਿੱਚ ਆਪਣਾ ਕੌਮੀ ਘਰ ਪੰਜਾਬ ਰੋਡ ਚੱਲਿਆ ਆਪਣਾ ਕੌਮੀ ਘਰ ਨੀਚੇ ਲਿਖਿਆ ਮੈਂ 1992 ਦੇ ਵਿੱਚ ਤੇ ਰੋਡ ਚੱਲਿਆ ਪੰਜਾਬ 2011 ਚ ਪੰਜਾਬ ਤੇਰਾ ਕੀ ਬਣੂ 2010 ਚ ਸੱਚ ਕੀ ਬੇਲਾ 2005 ਚ ਪੰਜਾਬੀਓ ਜੀਣਾ ਹੈ ਕਿ ਮਰਨਾ 2008 ਦੇ ਵਿੱਚ ਤੇ ਇਹ ਹੈ ਜਸਵੰਤ ਸਿੰਘ ਕਮਲਨਾ ਨਾਲ ਸੰਬੰਧਿਤ ਵੀਡੀਓ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਉਹਨਾਂ ਦੇ ਕੱਲੇ-ਕੱਲੇ ਲੇਖ ਕਹਾਣੀਆਂ ਨਾਵਲ ਨੂੰ ਯਾਦ ਕਰੋ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ